ਦੋਸਤੋ ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਟੌਪ ਸੇਲਿੰਗ ਕਾਰ ਬ੍ਰਾਂਡ ਫਰਵਰੀ 2023 14 ਕੰਪਨੀਆਂ ਦਾ ਰਿਕਾਰਡ ਤੁਹਾਡੇ ਸਾਹਮਣੇ ਮੈਂ ਲੈ ਕੇ ਆਇਆ ਹਾਂ 14ਵੇਂ ਨੰਬਰ ਤੇ ਸਿਟਰਨ ਸਿਟਰਨ ਨੇ 328 ਗੱਡੀਆਂ ਫਰਵਰੀ 'ਚ ਸੇਲ ਕੀਤੀਆਂ ਔਰ ਜਨਵਰੀ ਦੇ ਵਿੱਚ ਇਹਨਾਂ ਨੇ 804 ਗੱਡੀਆਂ ਸਿਟਰਨ ਨੇ ਸੇਲ ਕੀਤੀਆਂ ਸੀ ਜਨਵਰੀ ਨਾਲੋਂ ਸੇਲ ਜਿਹੜੀ ਆ ਕਾਫੀ ਵੱਡੀ ਮਾਤਰਾ 'ਚ ਘਟੀ ਆ ਤੇ ਇਹਦਾ ਕਾਰਨ ਕੀ ਆ ਕਿ ਅੱਗੇ ਇਹ ਸਟਰਨ ਇਹਨਾਂ ਨੇ EV ਦੇ ਵਿੱਚ ਵੀ ਇੱਕ ਆਪਣਾ ਮਾਡਲ ਲਾਂਚ ਕੀਤਾ ਪਰ ਹਜੇ ਤੱਕ ਉਹਦੀਆਂ ਡਿਲੀਵਰੀਆਂ ਸਟਾਰਟ ਨਹੀਂ ਹੋਈਆਂ ਤੇ ਵੈਸੇ ਵੀ ਇਹ ਕੰਪਨੀ ਪਤਾ ਨਹੀਂ ਕਿਹੜੇ ਹਿਸਾਬ ਨਾਲ ਕੰਮ ਕਰਦੀ ਭੀ ਇੰਡੀਆ ਦੇ ਹਿਸਾਬ ਨਾਲ ਇਹਨਾਂ ਨੇ ਹਜੇ ਤੱਕ ਕੋਈ ਵੀ ਗੱਡੀ ਲਾਂਚ ਨਹੀਂ ਕੀਤੀ ਆਪਣੇ ਹਿਸਾਬ ਦੇ ਇਹਨਾਂ ਦੇ ਡਿਜ਼ਾਈਨ ਆ ਜੋ ਕਿ ਇੰਡੀਅਨ ਲੋਕਾਂ ਨੂੰ ਮੇਰੇ ਹਿਸਾਬ ਨਾਲ ਤੇ ਪਸੰਦ ਨਹੀਂ ਆ ਰਹੇ 13ਵੇਂ ਨੰਬਰ ਤੇ ਜੀਪ ਜੀਪ ਨੇ 719 ਗੱਡੀਆਂ ਸੇਲ ਕੀਤੀਆਂ ਜਨਵਰੀ ਦੇ ਵਿੱਚ ਇਹਨਾਂ ਨੇ 685 ਗੱਡੀਆਂ ਸੇਲ ਕੀਤੀਆਂ ਜਨਵਰੀ ਨਾਲੋਂ ਫਰਵਰੀ ਦੇ ਵਿੱਚ ਥੋੜੀ ਜਿਹੀ ਸੇਲ ਵਧੀਆ ਹੋਈ ਹੈ ਫਿਰ 12ਵੇਂ ਨੰਬਰ ਤੇ ਨਿਸਾਨ ਨਿਸਾਨ ਨੇ 2184 ਗੱਡੀਆਂ ਸੇਲ ਕੀਤੀਆਂ ਫਰਵਰੀ ਚ ਔਰ ਜਨਵਰੀ ਚ ਇਹਨਾਂ ਨੇ 2803 ਗੱਡੀਆਂ ਸੇਲ ਕੀਤੀਆਂ ਸੀ ਫਿਰ ਵਾਕਸ ਵੈਗਨ 11ਵੇਂ ਨੰਬਰ ਤੇ 3313 ਗੱਡੀਆਂ ਇਹਨਾਂ ਨੇ ਸੇਲ ਕੀਤੀਆਂ ਫਰਵਰੀ 2023 ਦੇ ਵਿੱਚ ਉਸ ਤੋਂ ਬਾਅਦ ਸਕੋਡਾ ਸਕੋਡਾ ਨੇ 3418 ਗੱਡੀਆਂ ਸੇਲ ਕੀਤੀਆਂ ਫਰਵਰੀ ਚ ਔਰ ਜਨਵਰੀ ਦੇ ਵਿੱਚ 3818 ਗੱਡੀਆਂ ਇਹਨਾਂ ਨੇ ਸੇਲ ਕੀਤੀਆਂ ਅਗਲੀ ਗੱਲ ਕਰ ਲਈਏ ਨੌਵੇਂ ਨੰਬਰ ਦੀ ਤੇ ਐਮਜੀ ਐਮਜੀ ਨੇ 4193 ਗੱਡੀਆਂ ਸੇਲ ਕੀਤੀਆਂ ਫਰਵਰੀ ਚ ਔਰ ਜਨਵਰੀ ਚ 4111 ਗੱਡੀਆਂ ਸੇਲ ਕੀਤੀਆਂ ਹੈ 8ਵੇਂ ਨੰਬਰ ਤੇ ਦੋਸਤੋ Honda Honda ਦਿਨੋਂ ਦਿਨ ਪਿੱਛੇ ਪਿੱਛੇ ਹੀ ਜਾਈ ਜਾ ਰਹੀ ਆ ਕਾਫੀ ਵਧੀਆ ਮੁਕਾਮ ਤੇ ਹੈਗੀ Honda ਅੱਜ ਦੀ ਡੇਟ 'ਚ ਇਹਨਾਂ ਦੀ ਸੇਲ ਬਹੁਤ ਜ਼ਿਆਦਾ ਘਟ ਗਈ ਐ 6086 ਗੱਡੀਆਂ ਇਹਨਾਂ ਨੇ ਸੇਲ ਕੀਤੀਆਂ ਔਰ ਜਨਵਰੀ ਦੇ ਵਿੱਚ 7821 ਗੱਡੀਆਂ ਸੇਲ ਕੀਤੀਆਂ ਹੈਗੀਆਂ Honda ਨੇ ਤੁਸੀਂ ਦੇਖ ਲਓ ਸਿੱਧਾ ਦਾ 1800 ਗੱਡੀਆਂ ਦਾ ਤੇ ਫਰਕ ਪੈ ਗਿਆ 1800 ਗੱਡੀਆਂ ਬਹੁਤ ਜਿਆਦਾ ਵੱਡੀ ਮਾਤਰਾ ਚ ਹੁੰਦੀਆਂ ਐਨੀ ਜਿਆਦਾ ਸੇਲ ਘਟ ਗਈ ਐ ਫਿਰ ਅਗੇ Renault Renault ਨੇ 6816 ਗੱਡੀਆਂ ਸੇਲ ਕੀਤੀਆਂ ਐ Renault ਦੀ ਸੇਲ ਜਿਹੜੀ ਬਹੁਤ ਜਿਆਦਾ ਵਧੀ ਐ ਜਨਵਰੀ ਚ ਇਹਨਾਂ ਨੇ ਸਿਰਫ 3008 ਗੱਡੀਆਂ ਹੀ ਸੇਲ ਕੀਤੀਆਂ ਸੀ ਉਸ ਤੋਂ ਬਾਅਦ ਦੋਸਤੋ 6ਵੇਂ ਨੰਬਰ ਤੇ Toyota Toyota ਦੀ ਸੇਲ ਫਰਵਰੀ ਦੇ ਵਿੱਚ ਜਨਵਰੀ ਨਾਲੋਂ ਜ਼ਿਆਦਾ ਹੋਈ ਐ 15267 ਗੱਡੀਆਂ ਫਰਵਰੀ ਦੇ ਵਿੱਚ ਸੇਲ ਹੋਈਆਂ 2023 ਚ ਔਰ ਜਨਵਰੀ ਚ 12728 ਗੱਡੀਆਂ ਟੋਇਟਾ ਨੇ ਸੇਲ ਕੀਤੀਆਂ 5ਵੇਂ ਨੰਬਰ ਤੇ ਦੋਸਤੋ ਕਿਆ ਕਿਆ ਨੇ ਦੋਸਤੋ 24600 ਗੱਡੀਆਂ ਸੇਲ ਕੀਤੀਆਂ ਔਰ ਜਨਵਰੀ ਚ 28635 ਸੇਲ ਹੋਈਆਂ ਕਿਆ ਦੀ ਸੇਲ ਵੀ ਪਹਿਲਾਂ ਨਾਲੋਂ ਘਟੀਆ ਫਿਰ 5ਵੇਂ ਨੰਬਰ ਤੇ ਮਹਿੰਦਰਾ ਮਹਿੰਦਰਾ ਦੋਸਤੋ 30221 ਗੱਡੀਆਂ ਸੇਲ ਕੀਤੀਆਂ ਮਹਿੰਦਰਾ ਦੀ ਸੇਲ ਵੀ ਫਰਵਰੀ ਦੇ ਵਿੱਚ ਘਟੀਆ ਹੁਣ ਇਹਦੀ ਸੇਲ ਨਹੀਂ ਘਟੀ ਇਹ ਗੱਡੀਆਂ ਨਹੀਂ ਡਿਲੀਵਰ ਕਰ پا ਰਹੇ ਮਹਿੰਦਰਾ ਦਾ ਇਹ ਹਾਲ ਹੈ ਕਿ ਜੇ ਗੱਡੀਆਂ ਡਿਲੀਵਰੀਆਂ ਦੇਣੀਆਂ ਸ਼ੁਰੂ ਕਰ ਦੇ ਤੇ ਸੇਲ ਇਹਦੀ ਤੇ ਬਹੁਤ ਜ਼ਿਆਦਾ ਹੋ ਸਕਦਾ ਦੂਜੇ ਨੰਬਰ ਤੇ ਆ ਜੇ ਸਿਰਫ ਇਹਨਾਂ ਕੋ ਪਲਾਂਟ ਹੀ ਛੋਟਾ ਡਿਲੀਵਰੀਆਂ ਨਹੀਂ ਦਿੱਤੀਆਂ ਜਾਂਦੀਆਂ ਸਿਰਫ ਬੁਕਿੰਗਾਂ ਬੁਕਿੰਗਾਂ ਕਰਦੇ ਆ ਸਾਲ-ਸਾਲ ਦੋ-ਦੋ ਸਾਲ ਤੱਕ ਇਹਨਾਂ ਤੇ ਪਹੁੰਚ ਗਈ ਆ ਹੁਣ ਫਰਵਰੀ ਚ ਇਹਨਾਂ ਨੇ 30221 ਸੇਲ ਕੀਤੀਆਂ ਤੇ ਜਨਵਰੀ ਚ 33040 ਗੱਡੀਆਂ ਇਹਨਾਂ ਦੀ ਡਿਲੀਵਰ ਹੋਈਆਂ ਹੈ ਕਹਿ ਸਕਦੇ ਆ ਪਰ ਸੇਲ ਨਹੀਂ ਕਹਿ ਸਕਦੇ ਫਿਰ ਤੀਸਰੇ ਨੰਬਰ ਤੇ 42865 ਗੱਡੀਆਂ ਟਾਟਾ ਦੀਆਂ ਟਾਟਾ ਵੀ ਕਾਫੀ ਮਹੀਨਿਆਂ ਤੋਂ ਹੁਣ ਤੀਸਰੇ ਨੰਬਰ ਤੇ ਚੱਲ ਰਿਹਾ ਔਰ ਜਨਵਰੀ ਦੇ ਵਿੱਚ ਇਹਨਾਂ ਦੀ 47990 ਗੱਡੀਆਂ ਸੇਲ ਹੋਈਆਂ ਜਨਵਰੀ ਨਾਲੋਂ ਟਾਟਾ ਦੀ ਸੇਲ ਬਹੁਤ ਜ਼ਿਆਦਾ ਘਟੀ ਆ ਫਿਰ ਦੂਸਰੇ ਨੰਬਰ ਤੇ ਹਰ ਵਾਰ ਦੀ ਤਰ੍ਹਾਂ ਹੁੰਡਾਈ ਹੁੰਡਾਈ ਨੇ 46968 ਗੱਡੀਆਂ ਸੇਲ ਕੀਤੀਆਂ ਹੁੰਡਾਈ ਦੀ ਵੀ ਸੇਲ ਫਰਵਰੀ ਚ ਘਟੀ ਆ ਕਿਉਂਕਿ ਜਨਵਰੀ ਚ ਇਹਨਾਂ ਨੇ 50106 ਗੱਡੀਆਂ ਹੁੰਡਾਈ ਨੇ ਸੇਲ ਕੀਤੀਆਂ ਹੁਣ ਹਰ ਵਾਰ ਦੀ ਤਰ੍ਹਾਂ ਪਹਿਲੇ ਨੰਬਰ ਤੇ ਮਰੂਤੀ ਸੰਯੁਕੀ ਇੰਡੀਅਨ ਲੋਕਾਂ ਦੀ ਪਹਿਲੀ ਪਸੰਦ 147467 ਗੱਡੀਆਂ ਸੇਲ ਕੀਤੀਆਂ ਔਰ ਜਨਵਰੀ ਦੇ ਵਿੱਚ 147348 ਗੱਡੀਆਂ ਸੇਲ ਕੀਤੀਆਂ ਫਰਵਰੀ ਦੇ ਵਿੱਚ ਥੋੜੀ ਜੀ ਸੇਲ ਜਿਹੜੀ ਹੈ ਅਮਰੂਤੀ ਸੰਯੁਕੀ ਦੀ ਵਧੀਆ ਨਾ ਮਾਤਰ ਜਾਂ ਫਰਕ ਪਿਆ ਹਜੇ ਵੀ ਲੋਕਾਂ ਦਾ ਧਿਆਨ ਅਮਰੂਤੀ ਸੰਯੁਕੀ ਵੱਲ ਜਾਦਾ ਅਮਰੂਤੀ ਸੰਯੁਕੀ ਦੀਆਂ ਗੱਡੀਆਂ ਅੱਜ ਵੀ ਜਿਆਦਾ ਸੇਲ ਹੁੰਦੀ ਹੈ ਉਹਦੇ ਕਈ ਕਾਰਨ ਇਹ ਕਿ ਅੱਧਾ ਕਿੰਡੀਅਨ ਬ੍ਰਾਂਡ ਹੋਣ ਕਰਕੇ ਲੋਕਾਂ ਦਾ ٹرسٹ ਬਣਿਆ ਹੋਇਆ ਪੁਰਾਣੀ ਕੰਪਨੀ ਆ ਇੱਕ ਸਭ ਤੋਂ ਵੱਡੀ ਗੱਲ ਕੀ ਇਹਨਾਂ ਦੇ ਪਲਾਂਟ ਬਹੁਤ ਵੱਡੇ ਨੇ ਡਿਲੀਵਰੀਆਂ ਇਹ ਕਾਰਾਂ ਦੀਆਂ ਛੇਤੀ ਦੇ ਦਿੰਦੇ ਆ ਅੱਜ ਦੀ ਰੇਟ 'ਚ ਸਾਡੀ ਸਭ ਤੋਂ ਵੱਡੀ ਸਮੱਸਿਆ ਤੇ ਇਹੋ ਹੀ ਆ ਕਿ ਜਿਹੜੀ ਗੱਡੀ ਸਾਨੂੰ ਪਸੰਦ ਆ ਉਹ ਸਾਨੂੰ ਮਿਲਨੀ ਨਹੀਂ ਉਹ 6-6 ਮਹੀਨੇ ਸਾਲ-ਸਾਲ ਦੀਆਂ ਵੇਟਿੰਗਾਂ ਚੱਲਦੀਆਂ ਪਈਆਂ ਮਰੂਤੀ ਕੋਲ ਪਲਾਂਟ ਵੱਡਾ ਹੋਣ ਕਾਰਨ ਡਿਲੀਵਰੀਆਂ ਬਹੁਤ ਛੇਤੀ ਦਿੰਦੇ ਆ ਜਿਹਦੇ ਨਾਲ ਇਹਨਾਂ ਦੀ ਸੇਲ ਜਿਹੜੀ ਆ ਆਟੋਮੈਟਿਕ ਵੱਜ ਜਾਂਦੀ ਆ ਜੇ ਸਾਨੂੰ ਛੇਤੀ ਗੱਡੀ ਲੈਣੀ ਹੈ ਤੇ ਫਿਰ ਸਾਡੇ ਕੋਲ ਇਹੋ ਹੀ ਆਪਸ਼ਨ ਬਚਦੀ ਹੈ ਕਿ ਮਰੂਤੀ ਦੀ ਡਿਲੀਵਰੀ ਛੇਤੀ ਮਿਲ ਜਣੀ ਕੋਈ ਇਹ ਵੀ ਗੱਡੀ ਲੈ ਲਓ ਹੁਣ ਆਪਣਾ ਮਨ ਮਾਰ ਕੇ ਲੋਕੀ ਜਿਹੜੇ ਆ ਕਈਆਂ ਨੂੰ ਇਹ ਮਰੂਤੀ ਸੁੰਜੁਕੀ ਦੀਆਂ ਗੱਡੀਆਂ ਮਜਬੂਰਨ ਲੈਣੀਆਂ ਪੈਂਦੀਆਂ ਪਰ ਮਰੂਤੀ ਸੁੰਜੁਕੀ ਚ ਵੀ ਕੁਝ ਕਾਰਾਂ ਦੀ ਬੜੀ ਜ਼ਿਆਦਾ ਵੇਟਿੰਗ ਚੱਲ ਰਹੀ ਹੈ ਬਰੀਜ਼ਾ ਵਰਗੀਆਂ ਗੱਡੀਆਂ ਦੀਆਂ ਗ੍ਰੈਂਡ ਵਿਟਾਰਾਆਂ ਦੀਆਂ ਔਰ ਜਿੱਦਾਂ ਹੁਣ ਆ ਆਪਣੀ ਜਿਮਨੀ ਆ ਰਹੀ ਹੈ ਇਹਨਾਂ ਸਾਰੀਆਂ ਦੀ ਵੀ ਵੇਟਿੰਗ ਲਿਸਟ ਬੜੀ ਲੰਬੀ ਹੈ ਸੋ ਦੋਸਤੋ ਅੱਜ ਦੀ ਇਸ ਵੀਡੀਓ ਚ ਇੰਨਾ ਹੀ ਜੀ ਮਿਲਦੇ ਹਾਂ ਫਿਰ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾ